ਗੋਆ ਵਿੱਚ ਇੱਕ ਵਾਰ ਫਿਰ ਕਰੋਨਾ ਮੁਕਤ ਹੋਣ ਤੋਂ ਬਾਅਦ ਮੁੜ ਮਾਮਲੇ ਸਾਹਮਣੇ ਆ ਰਹੇ ਹਨ ਜਾਰੀ ਲੋਕਡਾਊਨ ਦਰਮਿਆਨ ਸਿੱਖ ਪਾਈਚਾਰੇ ਨੇ ਗੋਆ ਵਿੱਚ ਲੋੜਵੰਦਾਂ ਦੀ ਮਦਦ ਦਾ ਮੋਰਚਾ ਉਸੇ ਸ਼ਿੱਦਤ ਨਾਲ ਹੀ ਸੰਭਿਆ ਹੋਇਆ ਹੈ ਪੈਤਮ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਲੋੜਵੰਦਾਂ ਦੀ ਮਦਦ ਲਈ ਲੰਗਰ ਜਾਰੀ ਹੈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਧਾਮ ਦਾ ਕਹਿਣਾ ਹੈ ਕਿ ਹੁਣ ਉਹ ਸੋਚ ਰਹੇ ਹਨ ਕਿ ਗੋਆ ਮੈਡੀਕਲ ਕਾਲਜ ਅਤੇ ਬਾਬੋਲੀ ਮਤੇ ਮਾਪਸੂਆ ਦੇ ਅਸਾਲਿਓ ਹਸਪਤਾਲ ਲਈ ਲੋੜਵੰਦਾਂ ਨੂੰ ਇਸ ਲੰਗਰ ਨੂੰ ਹੁਣ ਪੂਰਾ ਸਾਲ ਜਾਰੀ ਰੱਖਣ ਅਦੇਸਲੀ ਉਹ ਸਰਕਾਰ ਨਾਲ ਵੀ ਗੱਲਬਾਤ ਕਰ ਰਹੇ ਹਨ ਅ ਪੂਰਾ ਸਾਲ ਜਾਰੀ ਰੱਖਣਾ ਚਾਹੁੰਦੇ ਹਾਂ ਮਰੀਜ਼ਾਂ ਦੇ ਤਾਮੀਰਦਾਰਾਂ ਨੂੰ ਹਸਪਤਾਲ ਦੇ ਅੰਦਰ ਹੀ ਖਾਣਾ ਪੋਜਦਾ ਕੀਤਾ ਜਾਵੇਗਾ ਉਹ ਵੀ ਪੂਰਾ ਸਾਲ ਅਸੀਂ ਓਪੀਡੀ ਵਿੱਚ ਇਲਾਜ ਲਈ ਆਉਣ ਵਾਲਿਆਂ ਤੇ ਇੰਤਜ਼ਾਰ ਕਰਨ ਵਾਲਿਆਂ ਤੱਕ ਵੀ ਇਹ ਸੇਵਾ ਪੁੱਜਦੀ ਕਰਾਂਗੇ ਉਹਨਾਂ ਦਾ ਕਹਿਣਾ ਕਿ ਲਾਕਡਾਊਨ ਤੋਂ ਬਾਅਦ ਅਸੀਂ ਵੇਖਿਆ ਹੋਟਲਾਂ ਦਾ ਕੁਝ ਸਟਾਫ ਵਿਚ ਹੈ ਸੜਕਾਂ ਤੇ ਘੁੰਮ ਰਹੇ ਸਨ ਉਹਨਾਂ ਨੂੰ ਹੋਟਲਾਂ ਚ ਕੱਢ ਦਿੱਤਾ ਗਿਆ ਸੀ ਅਸੀਂ ਇਹਨਾਂ 10 ਤੋਂ 12 ਲੋਕਾਂ ਨੂੰ ਖਾਣਾ ਵਹਿਆ ਕਰਵਾਇਆ ਉਹਨਾਂ ਨੂੰ ਰਹਿਣ ਦਾ ਆਸਰਾ ਦਿੱਤਾ ਤੇ ਫਿਰ ਟਿਕਟ ਟਕ ਟਵਾ ਕੇ ਕਰੋ ਕਰੀ ਭੇਜਿਆ ਨਾਲ ਹੀ ਮਦਦ ਲਈ ਪੈਸੇ ਵੀ ਦਿੱਤੇ ਅਸੀਂ ਲੰਗਰ ਫੋਰ ਹੰਗਰ ਵਾਹਕਲ ਵੀ ਲਗਾਤਾਰ ਚਲਾ ਰਹੇ ਹਾਂ ਕਿਸੇ ਤੋਂ ਜਾਂ ਸਰਕਾਰ ਤੋਂ 1 ਰੁਪਏ ਦੀ ਮਦਦ ਵੀ ਲੈ ਬਿਨਾ ਗੁਰਦੁਆਰਾ ਸਾਹਿਬ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਇਹ ਸਭ ਚਲਾ ਰਿਹਾ ਹੈ ਅਸੀਂ ਕਿਸੇ ਤੋਂ ਫੰਡ ਨਹੀਂ ਮੰਗਦੇ ਲੋਕ ਆਪਣੇ ਉਦਾਰ ਤੇ ਸਾਨੂੰ ਦੇ ਸਕਦੇ ਹਨ ਜਿੰਨੀ ਉਹਨਾਂ ਦੀ ਸ਼ਰਦਾ ਹੈ ਅਸੀਂ ਰੋਜ਼ਾਨਾ 1500 ਲੋਕਾਂ ਨੂੰ ਰੋਜ਼ਾਨਾ ਖਾਣਾ ਮੁਫਤ ਪਹੁੰਚਾ ਰਹੇ ਹਾਂ ਅਸੀਂ ਟਰੈਵਲ ਪਰਮਿਟ ਲੈਣ ਆਏ ਲੋਕਾਂ ਨੂੰ ਪਾਣੀ ਸਮੇਤ ਖਾਣ ਦਾ ਹੋਰ ਸਮਾਨ ਵੀ ਪਹੁੰਚਾ ਕਰ ਰਹੇ ਹਾਂ ਜਦੋਂ ਤੋਂ ਲੋਕਡਾਊਨ ਦਾ ਐਲਾਨ ਹੋਇਆ ਹੈ ਉਹਨਾਂ ਦਿਨਾਂ ਤੋਂ ਦਿਨ ਰਾਤ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਇਸੇ ਛਿੱਤ ਨਾਲ ਗੁਰੂ ਦਾ ਲੰਗਰ ਜਾਰੀ ਹੈ ਕੋਸ਼ਿਸ਼ ਇਹੀ ਹੈ ਕਿ ਹਰ ਲੋੜਵੰਤ ਤੱਕ ਇਸ ਔਖੀ ਕੜੀ ਵਿੱਚ ਲੰਗਰ ਪਹੁੰਚੇ ਕੋਈ ਭੁੱਖਾ ਨਾ ਸੌਵੇ ਜਿੱਥੇ ਸਰਕਾਰਾਂ ਲੋਕਾਂ ਤੱਕ ਮਦਦ ਪਹੁੰਚਦਾ ਕਰਨ ਚ ਨਾਕਾਮ ਰਹੀਆਂ ਹਨ ਤਾਂ ਉੱਥੇ ਗੁਰੂਦੇਵ ਸਿੰਘ ਥਾਂ-ਥਾਂ ਇਸੇ ਛਿੱਦਤ ਨਾਲ ਸੇਵਾਵਾਂ ਨਿਭਾ ਰਹੇ ਹਨ ਅਤੇ ਸਿੱਖ ਕੌਮ ਦੀ ਸੇਵਾ ਤੇ ਸਰਬੱਤ ਦੇ ਪਲੇ ਦੇ ਸੁਨੇਹੇ ਨੂੰ ਫੈਲਾ ਰਹੇ ਹਨ ਤੇ ਗਲੋਬ ਐਡਵਾਈਸ ਓਵਰਸੇਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에어ਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ